ਸੋ ਗਾਇਸ ਅਸੀਂ ਸੀਐਨ ਟਾਵਰ ਪਹੁੰਚ ਗਏ ਹਾਂ, ਜਿਹੜਾ ਕਿ ਟੋਰਾਂਟੋ ਦਾ ਸਭ ਤੋਂ ਫੇਮਸ ਟਾਵਰ ਹੈਗਾ, ਜਿਹੜਾ ਲੋਕੀ ਦੇਖਣ ਆਉਂਦੇ ਆ। ਹੈਲੋ ਦੋਸਤੋ, ਵੈਲਕਮ ਟੂ ਮਾਈ ਚੈਨਲ ਵਾਂਸ ਅਗੇਨ। ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਰਫ਼ ਬਹੁਤ ਜ਼ਿਆਦਾ ਪਈ ਹੋਈ ਆ। ਅਤੇ ਅੱਜ ਆਪਾਂ ਜਾਵਾਂਗੇ ਟੋਰਾਂਟੋ ਡਾਊਨ ਟਾਊਨ। ਕਾਫੀ ਟਾਈਮ ਹੋ ਗਿਆ ਸੀ ਮੈਂ ਉੱਥੇ ਗਿਆ ਨਹੀਂ ਆ, ਅਤੇ ਬੜਾ ਸੁਣਿਆ ਕਿ ਟੋਰਾਂਟੋ ਬੜਾ ਸੋਹਣਾ ਹੈਗਾ ਆ ਡਾਊਨ ਟਾਊਨ। ਅਤੇ ਚਲੋ ਟੈਂਪਰੇਚਰ ਦੀ ਗੱਲ ਕਰ ਲਈਏ ਤਾਂ ਯਾਰ ਟੈਂਪਰੇਚਰ -18 ਡਿਗਰੀ ਹੈਗਾ। ਅਤੇ ਮੇਰਾ ਘਰ ਹੈਗਾ ਇੱਧਰ ਯੂਕੈਂਸੀ। ਅਤੇ ਅੱਜ ਆਪਾਂ ਤੁਹਾਨੂੰ ਟੋਰਾਂਟੋ ਡਾਊਨ ਟਾਊਨ ਲੈ ਕੇ ਜਾਵਾਂਗੇ। ਅਤੇ ਵੀਡੀਓ ਤੋਂ ਨਹੀਂ ਆਏ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲੈਟਸ ਗੋ। ਬਰਫ਼ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਸਨੋਫਾਲ ਪਈ ਸੀ ਰਾਤੀ। ਗੱਡੀਆਂ ਵਗੈਰਾ ਸਾਰੀਆਂ ਬਰਫ਼ ਨਾਲ ਹੀ ਲੱਦੀਆਂ ਹੋਈਆਂ ਆ। ਬਹੁਤ ਠੰਡ ਆ ਯਾਰ, ਇੰਡੀਆ ਤਾਂ ਕੁਛ ਵੀ ਹੈ ਨਹੀਂ ਠੰਡ ਜਿੰਨੀ ਠੰਡ ਇੱਥੇ ਆ। ਸੋ ਗਾਇਸ ਸਾਡੀ ਟ੍ਰੇਨ ਆ ਗਈ ਆ ਟੋਰਾਂਟੋ ਜਾਣ ਲਈ ਫਰੋਮ ਦਾ ਮਿਸੀਸਾਗਾ। ਇਹ ਆਪਣੀ ਟ੍ਰੇਨ ਹੈਗੀ ਆ ਗੋ ਟ੍ਰਾਂਸਿਟ ਦੀ। ਚਲੋ ਆਪਾਂ ਇਹਦੇ 'ਚ ਬੈਠਦੇ ਹਾਂ। So let's go inside. ਅਸੀਂ ਜਾਵਾਂਗੇ ਉੱਪਰ। Numbers are 4213, 4223, 4216. So finally guys, ਅਸੀਂ ਟੋਰਾਂਟੋ ਐਂਟਰ ਕਰ ਲਿਆ। ਅਤੇ ਬਸ ਆਪਣੀ ਟ੍ਰੇਨ ਰੁਕ ਜਾਣੀ ਆ ਹੋਰ 2-4 ਮਿੰਟਾਂ ਤੱਕ। ਬਿਲਡਿੰਗ ਤੁਸੀਂ ਦੇਖ ਸਕਦੇ ਹੋ, ਇਹ ਸਾਰੀਆਂ ਬਿਲਡਿੰਗ ਟੋਰਾਂਟੋ ਦੀਆਂ ਹੈਗੀਆਂ ਨੇ। ਅਤੇ ਚਲੋ ਆਪਾਂ ਸਿਟੀ ਟੂਰ ਵੀ ਕਰਾਂਗੇ, ਅੰਦਰ ਜਾਂਦੇ ਹਾਂ, ਬਾਹਰ ਉਤਰ ਕੇ ਵਿਲ ਸ਼ੋਅ ਯੂ ਐਵਰੀਥਿੰਗ। ਚਲੋ ਵੀ ਆਪਾਂ ਟੋਰਾਂਟੋ ਸਟੇਸ਼ਨ 'ਤੇ ਪਹੁੰਚ ਗਏ ਹਾਂ। ਇਟਸ ਫੀਲਸ ਲਾਈਕ ਏ ਏਅਰਪੋਰਟ। ਸੋ ਫਾਈਨਲੀ ਗਾਇਸ ਅਸੀਂ ਟੋਰਾਂਟੋ ਪਹੁੰਚ ਗਏ ਹਾਂ, ਦੈਟ ਇਜ਼ ਟੋਰਾਂਟੋ। ਦੇਖ ਸਕਦੇ ਹੋ ਉੱਥੇ ਦਾ ਨਜ਼ਾਰਾ ਕਿੰਨਾ ਸੋਹਣਾ। ਠੰਡ ਤਾਂ ਹੈ ਯਾਰ ਕਾਫੀ, ਪਰ ਸੋਹਣਾ ਬੜਾ ਜ਼ਿਆਦਾ ਯਾਰ, ਬਹੁਤ ਜ਼ਿਆਦਾ ਸੋਹਣਾ ਆ। ਇੱਦਾਂ ਲੱਗਦਾ ਜਿੱਦਾਂ ਅਮਰੀਕਾ ਹੀ ਆ। ਦੇਖੋ ਯਾਰ
ਇਟਸ ਵੈਰੀ ਬਿਊਟੀਫੁਲ ਸੁਗਾਇਜ਼ ਯਾਰ ਠੰਡ ਬਹੁਤ ਜ਼ਿਆਦਾ ਇੱਥੇ ਹੈਗੀ ਹੈ ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਸੋਹਣਾ ਹੈਗਾ ਆ ਪਰ ਇੱਥੇ ਜ਼ਿਆਦਾਤਰ ਟ੍ਰੈਫਿਕ ਵਗੈਰਾ ਬਹੁਤ ਜ਼ਿਆਦਾ ਤੁਹਾਨੂੰ ਮਿਲਣ ਦੇਖਣ ਨੂੰ ਮਿਲੂਗੀ ਅਤੇ ਧੁੱਪ ਵੀ ਸੀਗੀ ਯਾਰ ਮਾੜੀ ਜਿਹੀ ਪਰ ਇਹ ਬਿਲਡਿੰਗਾਂ ਨੇ ਨਾ ਰੋਕ ਦਿੱਤੀ ਆ ਬਟ ਇਟਸ ਵੈਰੀ ਬਿਊਟੀਫੁਲ ਯਾਰ ਸੋ ਗਾਇਜ਼ ਦੇਖੋ ਨਜ਼ਾਰੇ ਫੁੱਲ ਨਜ਼ਾਰੇ ਜ਼ਿੰਦਗੀ ਦੇ ਕਿੱਥੇ ਆ ਪ੍ਰਿਆ ਇਹ ਅੱਛਾ ਨਜ਼ਾਰੇ ਹੀ ਨਜ਼ਾਰੇ ਆ ਜ਼ਿੰਦਗੀ ਦੇ ਸੋ ਗਾਇਜ਼ ਅਸੀਂ ਸੀ ਐਨ ਟਾਵਰ ਪਹੁੰਚ ਗਏ ਹਾਂ ਜਿਹੜਾ ਕਿ ਟੋਰਾਂਟੋ ਦਾ ਸਭ ਤੋਂ ਫੇਮਸ ਟਾਵਰ ਹੈਗਾ ਜਿਹੜਾ ਲੋਕ ਦੇਖਣ ਆਉਂਦੇ ਆ ਇਹ ਆਪਣਾ ਸੀ ਐਨ ਟਾਵਰ ਹੈਗਾ ਆ ਅਤੇ ਠੰਡ ਬਹੁਤ ਜ਼ਿਆਦਾ ਹੈਗੀ ਹੈ ਯਾਰ -19 ਡਿਗਰੀ ਟੈਂਪਰੇਚਰ ਹੋ ਗਿਆ ਅਤੇ ਤੋਬਾ ਤੋਬਾ ਹੋਈ ਗਿਆ ਦੇਖ ਸਕਦੇ ਹੋ ਨਜ਼ਾਰਾ ਤੁਸੀਂ ਬਿਲਡਿੰਗ ਤਾਂ ਐਡੀ ਵੱਡੀ ਆ ਮੈਂ ਕਹਿੰਦਾ ਧੋਣ ਬੰਦੇ ਦੀ ਥੱਕ ਜਾਂਦੀ ਹੈ ਯਾਰ ਉੱਪਰ ਨੂੰ ਹੋ ਕੇ
ਏਡੀ ਏਡੀਆਂ ਵੱਡੀਆਂ ਬਿਲਡਿੰਗਾਂ ਇਹਦੀਆਂ ਯਾਰ, ਔਰ ਉਹ ਭਰਾਵਾ ਬੜੀਆਂ ਵੱਡੀਆਂ ਬਿਲਡਿੰਗਾਂ ਦਾ ਯਾਰ।